ਲਿਓ ਜੀ, ਇੱਕ ਬਾਈ ਜੀ ਕੋ ਨਿਊ ਪ੍ਰੈਕਟੀਕਲ ਸਾਨੂੰ ਦਿਖਾ ਰਿਹਾ ਹੂੰ, ਔਰ ਨਰਮੇ ਪਰ ਆਪਾਂ ਵੀਡੀਓ ਬਣਾ ਚੁੱਕੇ ਹਾਂ, ਲਗਭਗ 20 ਮਿੰਟ ਕੀ ਵੀਡੀਓ ਹੈ, ਅਗਰ ਤੇ ਦੇਖੋ ਤਾਂ ਆਪਣੇ ਫੇਸਬੁੱਕ ਪੇਜ ਐਗਰੀਕਲਚਰ ਫਾਰਮਰ ਔਰ ਯੂਟਿਊਬ ਪਰ ਅਪਲੋਡ ਹੈ। ਅਗਲੀ ਵੀਡੀਓ ਵੀ ਡਰਮ ਨੇ ਲੈ ਕੇ ਬਣਾ ਰਿਹਾ ਹੂੰ, ਵੀ ਡਰਮ ਮੇਂ ਸੋਚਤਾ ਸ਼ੌਕ ਵੀ ਜੈਵਿਕ ਖੇਤੀ ਵਾਲਾ ਮਟੀਰੀਅਲ ਹੈ, ਤਾਂ ਜੈਵਿਕ ਖੇਤੀ ਥੋੜ੍ਹਾ ਅਟ ਗਿਆ ਹੈ, ਕੇ ਅਟ ਗਿਆ ਹੈ, ਕੇ ਟ੍ਰਾਇਲ ਹੈ, ਉਹ ਵੀ ਵੀਡੀਓ ਮੈਂ ਕੌਣ ਬਤਾ ਸਕਿਆ, ਕਿਉਂਕਿ ਵੀਡੀਓ ਕਾਫੀ ਲੰਬੀ ਤੱਕ ਅਤਰ ਅਲੱਗ ਵੀਡੀਓ ਬਣਾ ਰਿਹਾ। ਭਾਅ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਰਾਮ ਰਾਮ। ਰਾਮ ਰਾਮ। ਨੂਣ ਪ੍ਰਣਾਮ। ਜੰਮੂ ਜੀ ਨੇ ਵੀ ਸੁਣਿਆ, ਗੁਰੂ ਮਹਾਰਾਜ ਅਭੀ ਆਪਣੇ ਜੀ ਕਾ ਦਰਸ਼ਕ ਵੀਡੀਓ ਦੇਖ ਰਹੇ ਨੇ, ਵੀ ਡਰਮ ਨੇ ਥੇ ਕੇ ਕੰਮ ਯੂਜ਼ ਲੈਣ ਲੱਗ ਰਹੇ ਹੋ, ਬਹੁਤ ਥੋੜ੍ਹਾ ਸੋ ਬਤਾ ਦਿਓ। ਸਭ ਉਹ ਡਰਮ ਜਿਹੜਾ ਹੈ ਉਹ ਟੂਟੀ ਲੱਗੀ ਦੇਖ ਕੇ ਤਾਂ ਤਕਰੀਬਨ ਲੋਕ ਐਂ ਸਮਝਣਗੇ ਵੀ ਉਹਦੇ ਵਿੱਚ ਜਿਹੜਾ ਉਹ ਆਪਾਂ ਜਿਹੜਾ ਗਊ ਮੂਤਰ ਅਤੇ ਸਾਰਾ ਉਹਦੇ ਨਾਲ ਜਗਾੜ ਜਿਹੜਾ ਬਣਾ ਕੇ ਖੇਤਾਂ ਨੂੰ ਪਾਉਂਦੇ ਹੁੰਦੇ ਆ, ਔਰਗੈਨਿਕ ਜਿਹਨੂੰ ਕਹਿ ਦਿੰਦੇ ਆ। ਸਾਹਿਬ ਜਦੋਂ ਤਾਈਂ ਜੇਬ 'ਚ 2 ਰੁਪਈਏ ਨਹੀਂ ਆਉਂਦੇ ਨਾ, ਉਦੋਂ ਤਾਈਂ ਕੋਈ ਗੱਲ ਚੰਗੀ ਨਹੀਂ ਲੱਗਦੀ। ਸਹੀ ਗੱਲ ਹੈ, ਗੱਲ ਆਹੀ ਹੈ। ਜਦੋਂ 2 ਰੁਪਈਏ ਬਚਦੇ ਹੋਣ ਤਾਂ ਉਦੋਂ ਵੀ ਜਿਹੜੀ ਆ ਉਹ ਬੰਦੇ ਨੂੰ ਥੋੜ੍ਹੀ ਜਿਹੀ ਸੰਤੁਸ਼ਟੀ ਹੋ ਜਾਂਦੀ ਹੈ। ਠੀਕ ਹੈ। ਆਪਣਾ ਨੂੰ ਜਿਹੜੇ ਆਪਣੇ ਖੇਤਾਂ ਦੇ ਵਿੱਚ ਰੇਹਾਂ ਪਾਉਂਦੇ ਨੇ ਤਕਰੀਬਨ ਜਿਹੜੇ ਆ ਉਹ 35-40 ਸਾਲ ਹੋ ਗਏ। ਬਿਲਕੁਲ। ਜਦੋਂ ਦੀ ਹਰਿਤ ਕ੍ਰਾਂਤੀ ਆਈ ਉਦੋਂ ਦੀ ਆਪਾਂ 10 ਕਿਲੋ ਤੋਂ ਚਾਲੂ ਹੋਏ ਸੀ, 1.5-2 ਗੱਟੇ ਤਾਈਂ ਪਹੁੰਚ ਚੁੱਕੇ ਹਾਂ। ਬਿਲਕੁਲ। ਉਸ 'ਚੋਂ ਸਿਰਫ ਜਿਹੜੀ 46% DAP ਇਹਨਾਂ 'ਚੋਂ ਸਿਰਫ 9% 46 'ਚੋਂ ਸਿਰਫ 9% ਜਿਹੜੀ ਆ ਉਹ ਬੂਟਿਆਂ ਨੂੰ ਅਵੇਲੇਬਲ ਹੁੰਦੀ ਆ, ਬਾਕੀ ਸਾਰੀ ਜਿਹੜੀ ਆ ਉਹ ਆਪਣੀ ਧਰਤੀ ਨੂੰ ਕਰੜਾ ਕਰਨ ਦਾ ਕੰਮ ਕਰੀ ਜਾਂਦੀ ਹੈ। ਠੀਕ ਹੈ। ਇੱਕ ਤਰੀਕੇ ਤਾਂ ਤੁਹਾਡੇ ਕੋਲ ਆਹ ਹੈ ਵੀ ਤੁਸੀਂ ਉਹਦੇ ਵਿੱਚ ਔਰਗੈਨਿਕ ਮੈਟਰ ਵਧਾ ਦਿਓ, ਉਹਦੇ ਵਿੱਚ ਜਿਹੜਾ ਤੁਸੀਂ ਉਹ ਦੇਸੀ ਫਾਰਮੂਲੇ ਬਣਾ ਕੇ ਜਿਹੜੀ ਆ ਉਹ 3-4 ਮਹੀਨੇ ਚਲਾਈ ਰੱਖੋ। ਠੀਕ ਹੈ। ਦੂਜਾ ਫਾਰਮੂਲਾ ਇਹ ਹੈ ਵੀ ਇਹ ਜਿਹੜਾ 200 ਲੀਟਰ ਦਾ ਡਰੰਮ ਹੈ, ਇਸ 200 ਲੀਟਰ ਦੇ ਵਿੱਚ ਦੇਖੋ ਧਿਆਨ ਰੱਖਣਾ ਪਊਗਾ ਬਹੁਤ ਜ਼ਿਆਦਾ, ਕਿਉਂਕਿ ਜਿਹੜੀ ਇਹਦੇ ਵਿੱਚ ਚੀਜ਼ ਪੈਣੀ ਉਹ ਬੜੀ ਜ਼ਿਆਦਾ ਜਵਲਨਸ਼ੀਲ ਹੈ। ਠੀਕ ਹੈ। ਅਤੇ ਉਹ ਕੀ ਹੈ ਬੰਦੇ ਨੂੰ ਨੁਕਸਾਨ ਵੀ ਪਹੁੰਚਾ ਸਕਦੀ ਹੈ। ਉਹ ਇਹਦੇ ਵਿੱਚ ਆਪਾਂ ਪਾਉਣਾ ਤੇਜ਼ਾਬ, ਤੇਜ਼ਾਬ ਵੀ ਕਿਹੜਾ, H2SO4 ਜਿਹਨੂੰ ਸਲਫਿਊਰਿਕ ਐਸਿਡ ਕਹਿ ਦਿੰਦੇ ਆਪਾਂ। ਠੀਕ ਹੈ। ਸਲਫਿਊਰਿਕ ਐਸਿਡ 90% ਜਿਹੜਾ ਇੰਡਸਟਰੀਅਲ ਗ੍ਰੇਡ ਦਾ ਹੁੰਦਾ, ਉਹ ਜਦੋਂ ਤੁਸੀਂ ਪਾਣੀ ਦੇ ਵਿੱਚ ਪਾਓਗੇ ਪਾਣੀ ਵੀ ਛੱਲਾ ਮਾਰੂਗਾ। ਠੀਕ ਹੈ। ਬੜੇ ਧਿਆਨ ਨਾਲ ਦਸਤਾਨੇ ਪਾ ਕੇ ਕੋਸ਼ਿਸ਼ ਕਰਿਓ ਵੀ ਅੱਖਾਂ 'ਤੇ ਜਿਹੜੇ ਸਪੈਕਸ ਲਾ ਕੇ ਥੋੜ੍ਹੀ ਦੂਰੀ ਨਾਲ ਜਿਹੜਾ ਉਹ ਇਹਦੇ ਵਿੱਚ ਪਾਇਓ। ਠੀਕ ਹੈ। ਹਰ 4-5 ਮਹੀਨਿਆਂ ਤੋਂ, ਜਾਂ ਤੁਸੀਂ ਐਂ ਲੈ ਲਓ ਵੀ ਇੱਕ ਫਸਲ 'ਤੇ ਜਿਹੜਾ ਉਹ ਤੁਸੀਂ ਇੱਕ ਸਲਫਿਊਰਿਕ ਐਸਿਡ ਦਾ ਟ੍ਰੀਟਮੈਂਟ ਦੇਣਾ, ਇਸ ਡਰੰਮ ਦੇ ਵਿੱਚ 5 ਕਿੱਲਿਆਂ 'ਤੇ ਤੁਸੀਂ ਇਹ ਪਾਣੀ ਛੱਡਣਾ। ਠੀਕ। ਵਿੱਚ ਇਹਦੇ 5 ਲੀਟਰ ਵਾਲਾ 1 ਗੈਲਨ ਪਾਉਣਾ। ਠੀਕ ਹੈ। ਅਤੇ 100 ਰੁਪਏ ਕਿੱਲੋ ਜਿਹੜਾ ਉਹ ਆਉਂਦਾ, 5 ਕਿੱਲੋ ਜਿਹੜਾ ਉਹ ਤਕਰੀਬਨ 5 ਲੀਟਰ ਜਿਹੜਾ ਉਹ ਆਪਾਂ ਨੂੰ 500 ਰੁਪਏ ਦਾ ਪਊਗਾ। ਠੀਕ ਹੈ। 100 ਰੁਪਏ ਵੀ ਦਾ ਖਰਚਾ ਹੈ। 100 ਰੁਪਏ ਵੀ ਖਰਚਾ, ਸਿਰਫ 100 ਰੁਪਏ, ਬਹੁਤ ਹੀ ਸਸਤਾ ਜਗਾੜ। ਠੀਕ ਹੈ। ਅਤੇ ਜਿੰਨੀ ਤੁਹਾਡੀ ਥੱਲੇ ਪਈ ਰੇਹ ਹੈ ਉਹ ਸਾਰੀ ਰੇਹ ਨੂੰ ਇਹ ਜਿਹੜਾ ਬੂਟਿਆਂ ਨੂੰ ਅਵੇਲੇਬਲ ਫਾਰਮ ਦੇ ਵਿੱਚ ਲਿਆਉਂਦਾ, ਜਿੰਨਾ ਥੱਲੇ ਸ਼ਾਰੀਆਪਣ ਹੈ ਉਹ ਸ਼ਾਰੀਆਪਣ ਨੂੰ ਤੋੜ ਦਿੰਦਾ, DAP ਦਾ ਜਿੰਨਾ ਉੱਥੇ DAP ਦਾ, ਨਾਈਟ੍ਰੋਜਨ ਦਾ, ਹੋਰ ਵੀ ਜਿੰਨੇ ਆਪਾਂ ਤੱਤ ਪਾਉਂਦੇ ਹਾਂ, ਜਿੰਕ, ਬੋਰਨ, ਉਹਨਾਂ ਸਾਰਿਆਂ ਨੂੰ ਅਵੇਲੇਬਲ ਫਾਰਮ ਦੇ ਵਿੱਚ ਲੈ ਕੇ ਜਿਹੜਾ ਉਹ ਸਲਫਿਊਰਿਕ ਐਸਿਡ ਆਉਂਦਾ। ਬਾਈ ਐਂ ਨਾ ਹੁਣ ਲੋਕ ਆਪਣੀ ਵੀਡੀਓ ਦੇਖ ਕੇ ਇਹ ਕਮੈਂਟ ਕਰਨਗੇ ਵੀ ਸਿੰਘ ਸਾਹਿਬ ਨੇ ਪੇਲੀ ਲਈ ਹੈ ਠੇਕੇ, ਅਤੇ ਠੇਕੇ ਵਾਲੀ ਪੇਲੀ 'ਚ ਬੰਦਾ ਪਾਈ ਜਾਂਦਾ ਤੇਜ਼ਾਬ, ਇਦੋਂ ਹੋਣੀ ਹੈ ਜ਼ਮੀਨ ਖਰਾਬ, ਇਹਦੇ ਬਾਰੇ ਕੀ ਖਿਆਲ ਹੈ ਵੀ ਪੇਲੀ ਆਪਦੀ ਹੈ ਠੇਕੇ ਵਾਲੀ ਹੈ? ਬਾਈ ਜੀ ਜਮਾਂ ਆਪਦੀ ਜ਼ਮੀਨ ਹੈ। ਹਾਂ। ਇੱਕ ਵਾਰੀ ਟ੍ਰਾਇਲ ਕਰਕੇ ਦੇਖ ਲਓ। ਠੀਕ ਹੈ। ਉਦੋਂ ਬਾਅਦ ਜਿਹੜਾ ਉਹ ਤੁਸੀਂ ਜਿਵੇਂ ਟਿੱਕਾ ਟਿੱਪਣੀ ਕਰੋ ਉਵੇਂ ਕਰੀ ਜਾਓ। ਠੀਕ ਹੈ। ਤੇਜ਼ਾਬ ਕੋਈ ਮਾੜੀ ਚੀਜ਼ ਨਹੀਂ ਹੈ। ਠੀਕ ਹੈ। ਜੇ ਸਹੀ ਮਾਤਰਾ ਦੇ ਵਿੱਚ ਸਹੀ ਤਰੀਕੇ ਨਾਲ ਤੁਸੀਂ 1 ਕਿੱਲੋ 1 ਏਕੜ 'ਚ ਪਾਉਣਾ ਅਤੇ 1000-ਲੱਖਾਂ ਲੀਟਰ 'ਚ ਪਾ ਕੇ ਪਾਉਣਾ। ਠੀਕ ਹੈ। ਤਾਂ ਉਹਦਾ ਬੈਡ ਇਫੈਕਟ ਤਾਂ ਖਤਮ ਹੋ ਗਿਆ। ਠੀਕ ਹੈ। ਬੈਡ ਇਫੈਕਟ ਜਦੋਂ ਇੱਕ ਵਾਰੀ ਖਤਮ ਹੋ ਗਿਆ ਤਾਂ ਉਦੋਂ ਬਾਅਦ ਉਹਦੇ ਗੁੱਡ ਇਫੈਕਟ ਦੀ ਗੱਲ ਹੈ। ਉਹਨੇ ਐਡੀ ਘੱਤ ਮਾਤਰਾ 'ਚ ਵੀ ਉਹਨੇ ਤੁਹਾਡੀ ਜ਼ਮੀਨ ਨੂੰ ਕੁਛ ਨਹੀਂ ਕਰਨਾ, ਜਿਹੜਾ ਉੱਥੇ DAP ਦਾ ਬੌਂਡ ਜਿਹੜਾ ਉਹ ਬਣਿਆ ਪਿਆ, ਜਿਹੜਾ ਸਖਤ ਹੋ ਗਿਆ ਜ਼ਮੀਨ ਨੂੰ ਕਰਡੀ ਕਰੀ ਜਾਂਦਾ, ਉਹਨੂੰ ਜਾ ਕੇ ਤੋੜ ਦੇਣਾ ਉਹਨੇ। ਠੀਕ ਹੈ। ਤੋੜਦੇ ਸਾਰ ਉਹ ਬੂਟਿਆਂ ਨੂੰ ਅਵੇਲੇਬਲ ਹੈ। ਆਹ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਨਰਮਾ, ਜਿਹੜਾ ਸਾਨੂੰ ਨਰਮਾ ਦਿਖਾਇਆ,
ਪੂਰੇ ਨਰਮੇ ਦੇ ਵਿੱਚ ਮਾਤਰ ਤੋਂ ਮਾਤਰ 7 ਤੋਂ 8 ਕਿਲੋ ਡੀ ਏ ਪੀ ਅਸੀਂ ਪਾਈ ਸੀ, ਉਹ ਵੀ ਦਿਲ ਨੂੰ ਸੰਤੁਸ਼ਟੀ ਨਹੀਂ ਆਉਂਦੀ। ਠੀਕ ਹੈ, ਆਹ ਵੀ ਪਾਉਣ ਦੀ ਜ਼ਰੂਰਤ ਨਹੀਂ ਸੀ। ਠੀਕ ਹੈ, 7 ਤੋਂ 8 ਕਿਲੋ, ਅਤੇ ਹੋਰ ਕੋਈ ਜਿਹੜਾ ਉਹ ਜਿਹੜਾ ਅੱਜ ਦੇ ਦਿਨ ਜ਼ਿਮੀਦਾਰ ਹੈ ਉਹ 1.5 ਗੱਟੇ ਤੋਂ ਘੱਟ ਨਹੀਂ ਪਾਉਂਦਾ। ਠੀਕ ਹੈ, ਆਹ ਮੈਂ ਵੀਡੀਓ ਮੈਂ ਤੁਹਾਨੂੰ ਬਤਾ ਦਿਉਂ ਵੀ ਉਹ ਨਰਮੋ ਹੈ, ਬਾਦਸ਼ਾਹ ਮਹਿ ਸਿੰਘ ਸਾਹਿਬ ਕੀ ਕੋਠੀ ਹੈ, 5 LNP ਜੇਕੋ ਰਾਜਾ ਮਹਾਰਾਜਾ ਗੜ ਤਾਂ ਸਿੱਧੀ ਇੰਟਾਂ ਲੱਗ ਗਈ ਹੈ ਲਾਲ ਰੰਗੀ, ਬਹੁਤ ਮਕਾਨ ਹੈ। ਕੱਲ੍ਹ ਨੇ ਕੋਈ ਆ ਕੇ ਦੇ ਲਓ ਸੰਦੀਪ ਜੀ ਫਰਜ਼ੀ ਵੀਡੀਓ ਬਣਾ ਦੀ ਹੈ, ਬਤਾਈ ਇੱਥੇ ਗੱਤ ਰਿਹਾ ਵੀ ਅੰਗੇ ਖਾਨਦਾਨੀ ਜ਼ਮੀਨ ਆ ਔਰ ਆਪਣੇ ਖੇਤ ਮੈਂ ਸਿਸਟਮ ਚੱਲ ਰਿਹਾ ਉਹ ਇੰਨੇ ਬੋਰ ਲੱਗ ਰਿਹਾ। ਇਹ ਜਿਹੜਾ ਸਿਸਟਮ ਹੈ ਨਾ ਇਹ ਐਕਚੁਅਲ ਦੇ ਵਿੱਚ ਇਜ਼ਰਾਈਲ ਤੋਂ ਆਇਆ ਹੋਇਆ। ਠੀਕ ਹੈ, ਇਜ਼ਰਾਈਲ ਦੇ ਵਿੱਚ ਜਿਹੜੀ ਸਭ ਤੋਂ ਪਹਿਲਾਂ ਖੇਤੀ ਪੋਲੀ ਹਾਊਸਾਂ ਦੇ ਵਿੱਚ ਯੂਜ਼ ਹੋਣ ਲੱਗੀ ਹੈ। ਕੋਈ ਵੀ ਪੋਲੀ ਹਾਊਸ ਦਾ ਟੈਕਨੀਕਲ ਜਾਣਕਾਰ ਹੈ ਤਾਂ ਉਹਨਾਂ ਨੂੰ ਇਹ ਗੱਲ ਪਤਾ ਹੈ ਵੀ ਸਲਫਿਊਰਿਕ ਟ੍ਰੀਟਮੈਂਟ ਆਪਣੇ ਵਾਸਤੇ ਬਹੁਤ ਜ਼ਰੂਰੀ ਹੈ। ਜਾਂ ਤਾਂ ਤੁਸੀਂ ਔਰਗੈਨਿਕ ਮੈਟਰ ਨੂੰ 2 ਤੋਂ 2.5% ਕਰ ਲਓ। ਠੀਕ ਹੈ, ਬੱਲੇ ਬੱਲੇ ਹੈ, ਕੁਛ ਪਾਉਣ ਦੀ ਜ਼ਰੂਰਤ ਨਹੀਂ, ਇਹਨਾਂ ਡੀ ਏ ਪੀ ਨਾਲ ਇਹਨਾਂ ਦੇਣਾ। ਠੀਕ ਹੈ, ਉਹ ਆਪਾਂ ਕਰ ਨਹੀਂ ਸਕਦੇ ਤਾਂ ਉਹਦਾ ਇੱਕ ਜਿਹੜਾ ਹੈ ਉਹ ਉਹਨਾਂ ਨੇ ਇੱਕ ਇਹਦੀ ਕੀ ਕਹਿੰਦੇ ਆਪਾਂ ਵਿਕਲਪ ਲੱਭਿਆ, ਉਹਦਾ ਇੱਕ ਵਿਕਲਪ ਲੱਭਿਆ ਵੀ ਜਿਹੜਾ ਕੰਮ ਥੱਲੇ ਜਾ ਕੇ ਸੂਖਸ਼ਮ ਜੀਵਾਂ ਨੇ ਵੀ ਐਸਿਡ ਹੀ ਬਣਾਉਣਾ ਅਖੀਰ ਦੇ ਵਿੱਚ, ਉਹ ਐਸਿਡ ਨੇ ਥੱਲੇ ਜਾ ਕੇ ਕੰਮ ਕਰਨਾ, ਉਹ ਐਸਿਡ ਆਪਾਂ ਜਿਹੜਾ ਅਵੇਲੇਬਲ ਕਰ ਦਿੰਦੇ ਹਾਂ। ਤਕਰੀਬਨ ਹਰ ਜਿੰਨੇ ਪੋਲੀ ਹਾਊਸ ਲੱਗੇ ਹੋਏ ਆ ਜਿਹੜੇ ਰੈਗੂਲਰ ਖੇਤੀ ਲੈਂਦੇ ਆ, ਬਈ ਜੀ ਉਹਨਾਂ ਦੀ ਜ਼ਮੀਨ ਤਾਂ ਕਦੋਂ ਦੀ ਖਰਾਬ ਹੋ ਜਾਂਦੀ, 20-20 ਸਾਲਾਂ ਦੇ ਚੱਲੀ ਜਾਂਦੇ ਆ, ਹਰ ਹਫ਼ਤੇ ਦੇ ਵਿੱਚ 1 ਘੰਟਾ ਉਹ ਜਿਹੜੀ ਆਪਦੀਆਂ ਪੈਪਾਂ ਦੇ ਵਿੱਚ ਸਲਫਿਊਰਿਕ ਐਸਿਡ ਚਲਾਉਂਦੇ ਆ, ਨਾਲੇ ਪੈਪਾਂ ਸਾਫ਼ ਹੋ ਜਾਂਦੀਆਂ, ਨਾਲੇ ਜਿੰਨਾ ਗੰਦ ਇਕੱਠਾ ਹੋਇਆ ਹੋਇਆ ਹੈਗਾ ਉਹ ਸਾਰਾ ਵਾਸ਼ ਆਊਟ ਹੋ ਜਾਂਦਾ ਅਤੇ ਜਿੰਨੀ ਥੱਲੇ ਰੇਹ ਪਾਈ ਵੀ ਉਹ ਦੁਬਾਰੇ ਅਵੇਲੇਬਲ ਫੋਰਮ ਦੇ ਵਿੱਚ। ਇਹ ਤੁਸੀਂ ਪਹਿਲੇ ਕਿੱਥੇ ਦੇਖਿਆ? ਇਹ ਸਭ ਕੋਈ ਵੀ ਬੰਦਾ ਹੈ ਜਿਹੜਾ ਯੂਟਿਊਬ ਦੇ ਵਿੱਚ ਜਾ ਕੇ ਅਤੇ ਸਲਫਿਊਰਿਕ ਟ੍ਰੀਟਮੈਂਟ ਤੁਸੀਂ ਜਿਹੜਾ ਯੂਟਿਊਬ 'ਤੇ ਸਰਚ ਕਰ ਲਓ, ਬਹੁਤ ਵਿਗਿਆਨਿਕ ਜਿਹੜੇ ਆ ਉਹ ਤੁਹਾਨੂੰ ਇਹਦੇ ਬਾਰੇ ਦੱਸਣ ਵਾਲੇ ਆ ਜਾਣਗੇ ਵੀ ਸਲਫਿਊਰਿਕ ਟ੍ਰੀਟਮੈਂਟ ਕੀ ਚੀਜ਼ ਹੈ ਅਤੇ ਉਹਦੀ ਕਿੰਨੀ ਜ਼ਿਆਦਾ ਆਵਸ਼ਕਤਾ ਹੈ ਆਪਣੇ ਵਾਸਤੇ ਅਤੇ ਇੱਕ ਜ਼ਿਮੀਦਾਰ ਨੂੰ ਆਪਦਾ ਖਰਚਾ ਘਟਾਉਣ ਵਾਸਤੇ ਕਿੰਨੀ ਇੰਪੋਰਟੈਂਟ ਚੀਜ਼ ਹੈ। ਠੀਕ ਹੈ, ਤੋ ਅਬ ਯਾਰ ਟ੍ਰਾਇਲ ਕਰਨ ਖਾਤਰ ਚਾਹੇ ਕੋਈ ਵੀ ਚੀਜ਼ ਕੋ ਟ੍ਰਾਇਲ ਕਰੋ, ਚਾਹੇ ਨਏ ਬੀਜ ਕੋ ਟ੍ਰਾਇਲ ਕਰੋ, ਚਾਹੇ ਨਏ ਸਪਰੇ ਕੋ ਕਰੋ, ਚਾਹੇ ਐਕਸ ਵਾਈ ਜ਼ੈਡ ਕੁਛ ਵੀ ਕਰੋ, ਮੇਰੋ ਪਰਸਨਲ ਪੁਆਇੰਟ ਆਫ ਵਿਊ ਹੈ ਵੀ ਮੈਂ ਤੁਹਾਨੂੰ ਕਹਿ ਦਿਓ ਨੀ ਬਾਈ ਜੀ ਉਹ ਨਰਮੋ ਬੀਜ ਬਹੁਤ ਅੱਛੇ ਅਰਥੇ ਬੀਜ ਲਿਓ, ਤੋ ਮਤਲਬ ਉਹ ਨਹੀਂ ਹੈ ਵੀ ਤੇ 50 ਏਕੜ ਮੈਂ ਬੀਜ ਲਊਗਾ, ਕਿਉਂਕਿ ਮਤਲਬ ਹੋਇਆ ਕਿ ਤੇ 1 ਏਕੜ ਲਗਾ ਕੇ ਦੇਖੂਗਾ। ਮੈਂ ਮੇਰੀ ਜ਼ਿੰਦਗੀ ਮੇਰੇ ਖੇਤ ਮੈਂ ਕਾਫੀ ਟ੍ਰਾਇਲ ਕਰਿਆ, 1 ਏਕੜ ਉੱਪਰ ਕੌਣ ਕਰਿਆ, 1 ਏਕੜ ਮਤਲਬ ਕੋਈ ਨਿਓ ਬੀਜ ਲਗਾਉਣਾ ਹੈ ਤਾਂ 1 ਏਕੜ, ਔਰ ਯੂਨੀਵਰਸਿਟੀ ਵੀ ਆਪਾਂ ਅਗਰ ਜੇ ਕੋਈ ਨਿਓ ਬੀਜ ਦਿਆ, ਨਿਓ ਕੋਈ ਚੀਜ਼ ਦਿਆ ਤਾਂ 1 ਏਕੜ ਕੋ ਮਟੀਰੀਅਲ ਦਿਆ, ਗੇਹੂੰ ਕੀ ਬਾਤ ਕਰਾਂ ਤਾਂ ਆਪਾਂ ਨੂੰ ਗੇਹੂੰ 1 ਏਕੜ ਕੋ ਬੀਜ ਮਿਲੇ, ਮੂੰਗ ਸਰਸੋਂ ਕੀ ਬਾਤ ਕਰਾਂ ਤਾਂ ਬਾਂਗੋ ਵੀ 1 ਏਕੜ ਕੋ ਬੀਜ ਮਿਲੇ, ਔਰ 13 ਔਰ 14 ਤਾਰੀਖ ਨੇ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਕਿਸਾਨ ਮੇਲੋ ਹੈ, ਵੀ ਮੇਲੇ ਪਹੁੰਚੋ, ਬੈਸਟ ਕੁਆਲਿਟੀ ਕੋ ਬੀਜ ਲਿਓ ਔਰ ਇਨਫੋਰਮੇਸ਼ਨ ਲਿਓ, ਆਪਾਂ ਵੀ ਮੇਲੇ ਮੈਂ ਮਿਲਾਂਗਾ।